ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ ਦੇ ਕੈਬਨਿਟ ਮੰਤਰੀ ਓਪੀ ਸੋਨੀ ਅੱਜ ਜਲੰਧਰ ਪਹੁੰਚੇ, ਜਿੱਥੇ ਉਹਨਾਂ ਜਲੰਧਰ ਦੇ ਸਾਰੇ ਇੰਡਸਟਰੀਜ਼ ਨਾਲ ਮੀਟਿੰਗ ਕੀਤੀ, ਜਿੱਥੇ ਫੈਸਲਾ ਲਿਆ ਗਿਆ ਕਿ ਸਾਰਿਆਂ ਨੂੰ ਟ੍ਰੀਟਮੈਂਟ ਪਲਾਂਟ ਅਤੇ ਸੀਵਰੇਜ ਸਿਸਟਮ ਲਗਾਉਣਾ ਹੋਵੇਗਾ ਅਤੇ ਇਸ ਦਾ ਸਮਾਂ 2 ਮਹੀਨੇ ਰੱਖਿਆ ਗਿਆ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਓਪੀ ਸੋਨੀ ਨੇ ਦੱਸਿਆ ਕਿ ਉਹਨਾਂ ਵੱਲੋਂ ਅੰਮ੍ਰਿਤਸਰ 'ਚ ਟ੍ਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ, ਜਿਸ 'ਚੋਂ ਇੱਕ ਕੰਪਲੀਟ ਹੋ ਚੁੱਕਾ ਹੈ। ਦੇਖੋ, ਮੈਂ ਬੁੱਢਾ ਨਾਲਾ ਵਿਜ਼ਿਟ ਕਰਕੇ ਆਇਆ ਇੱਕ ਹਫ਼ਤਾ ਪਹਿਲਾਂ। ਬਹੁਤ ਵੱਡੀ ਪ੍ਰੋਬਲਮ ਹੈ, ਅੱਜ ਦੀ ਨਹੀਂ, ਬੜੀ ਪੁਰਾਣੀ ਪ੍ਰੋਬਲਮ ਹੈ, ਬੜੀ ਪੁਰਾਣੀ ਪ੍ਰੋਬਲਮ ਹੈ, ਉਹਦੇ ਹੱਲ ਲਈ ਅਸੀਂ ਕੁਝ ਕਰ ਰਹੇ ਹਾਂ। ਸੋ ਪਰਸੋਂ ਮੈਂ ਜਿਹੜੀ ਮੀਟਿੰਗ ਰੱਖੀ ਹੈ, ਅਸੀਂ ਜ਼ਿਆਦਾ ਜਿਹੜਾ ਉਹ ਬੁੱਢੇ ਨਾਲੇ 'ਤੇ ਅਸੀਂ ਵਿਚਾਰ ਕਰਨਾ। ਸੋ ਬੁੱਢੇ ਨਾਲੇ ਦਾ ਅਸੀਂ ਸੋਚ ਰਹੇ ਹਾਂ। ਮੈਂ ਉੱਥੇ ਵੀ ਇੰਡਸਟਰੀ ਮੀਟਿੰਗ ਬੁਲਾਈ ਹੈ, ਸਾਰਿਆਂ ਨੂੰ ਰਿਕੁਐਸਟ ਕੀਤੀ ਆ। ਉੱਥੇ ਇੰਡਸਟਰੀ ਬਹੁਤ ਹੈ ਲੁਧਿਆਣੇ 'ਚ, ਤੁਹਾਨੂੰ ਪਤਾ ਸਾਡੀ ਮੇਜਰ ਇੰਡਸਟਰੀ ਲੁਧਿਆਣੇ 'ਚ। ਸੋ ਉਹਨਾਂ ਦੀ ਮੀਟਿੰਗ ਬੁਲਾਈ ਹੈ, ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਆਪਣਾ ਸਿਸਟਮ ਠੀਕ ਕਰੋ ਸਾਰੇ। ਉਹਦੇ ਬਾਰੇ ਵੀ ਕਰ ਰਹੇ ਹਾਂ ਜੀ, ਸਾਰਾ ਅਸੀਂ ਕਰ ਰਹੇ ਹਾਂ। ਉਹਦੀ ਮੈਂ ਵਿਜ਼ਿਟ ਕਰਨੀ ਜਾ ਕੇ ਜੀ, ਜਾਣਾ ਮੈਂ ਅਗਲੀ ਵਾਰ ਜਾਊਂਗਾ ਉੱਥੇ। ਵੇਖੋ, ਮੈਂ ਤਾਂ ਤੁਹਾਨੂੰ ਕਹਿ ਰਿਹਾ, ਮੈਂ ਤਾਂ ਤੁਹਾਨੂੰ ਇਹ ਗੱਲ, ਵੇਖੋ ਇਹ ਹਰ ਸ਼ਹਿਰ ਦਾ, ਵੇਖੋ ਮੈਂ ਜਿਹੜੀ ਤੁਹਾਨੂੰ ਕਹਿ ਰਿਹਾ, ਜਿਹੜੇ ਸ਼ਹਿਰਾਂ ਦੇ ਟ੍ਰੀਟਮੈਂਟ ਪਲਾਂਟ ਨੇ ਉਹਦੇ 'ਚੋਂ 50% ਜਿਹੜਾ ਉਹ ਸਾਡੇ ਸੀਵਰੇਜ ਟ੍ਰੀਟਮੈਂਟ ਪਲਾਂਟ ਚੱਲ ਰਹੇ ਨੇ। ਸੋ ਸਾਡੇ ਅੰਮ੍ਰਿਤਸਰ ਦਾ ਤੁਸੀਂ ਵੇਖ ਲਓ, ਜਿਹੜੇ ਮੇਜਰ 2 ਜਿਹੜੇ ਸਾਡੇ ਸੀਵਰੇਜ ਟ੍ਰੀਟਮੈਂਟ ਪਲਾਂਟ, ਉਹਨਾਂ 'ਚੋਂ ਇੱਕ ਚਾਲੂ ਹੋ ਗਿਆ, ਨਵੇਂ ਲੱਗ ਰਹੇ ਨੇ ਜਿਹੜੇ, ਉਹਨਾਂ 'ਚੋਂ ਇੱਕ ਚਾਲੂ ਹੋ ਗਿਆ ਬੜੀ ਵੱਡੀ ਕਪੈਸਿਟੀ ਦੇ ਨਾਲ, ਅੱਧੇ ਸ਼ਹਿਰ ਦਾ ਪਾਣੀ ਉਹਦੇ 'ਚ ਜਾ ਰਿਹਾ। ਦੂਜਾ ਜਿਹੜਾ ਸਾਡਾ ਉਹ 1 ਮਹੀਨੇ ਤੱਕ ਸਟਾਰਟ ਹੋ ਜਾਣਾ, 50% ਪਾਣੀ ਜਿਹੜਾ ਉਹਦੇ 'ਚ, ਉਹਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਚੱਲ ਪਏਗਾ, 50% ਉਹਦੇ 'ਚ ਪਾਣੀ ਟ੍ਰੀਟ ਹੋਣਾ। ਜਿਹੜਾ ਪਾਣੀ ਅੱਗੋਂ ਅਸੀਂ ਜ਼ਿਮੀਂਦਾਰਾਂ ਨੂੰ ਦੇਣਾ, ਜਿਹੜਾ ਜ਼ਿਮੀਂਦਾਰਾਂ ਨੂੰ ਟ੍ਰੀਟ ਕੀਤਾ ਪਾਣੀ, ਸਾਫ਼ ਕੀਤਾ ਪਾਣੀ ਜਿਹੜਾ ਉਹ ਕੰਮ ਆ ਜਾਣਾ ਸਾਡੇ 'ਚ। ਸੋ ਅੰਮ੍ਰਿਤਸਰ ਦਾ ਸਿਸਟਮ ਜਿਹੜਾ ਉਹ ਅਸੀਂ ਪਹਿਲਾਂ ਵੇਖ ਰਹੇ ਹਾਂ, ਉਸ ਤੋਂ ਬਾਅਦ ਜਲੰਧਰ ਦਾ, ਮੇਨ ਜਿਹੜੀ ਸਾਡੀ ਸ਼ਹਿਰ ਦੀ ਮੁਸ਼ਕਿਲ ਹੈ ਉਹ ਲੁਧਿਆਣੇ ਦੀ ਮੁਸ਼ਕਿਲ ਹੈ। ਉੱਧਰ ਨਵਜੋਤ ਸਿੰਘ ਸਿੱਧੂ ਦੀ ਨਗਰ ਨਿਗਮ 'ਤੇ ਕੀਤੀ ਕਾਰਵਾਈ 'ਤੇ ਉਹਨਾਂ ਦੀ ਸਰਕਾਰ ਅਤੇ ਮੰਤਰੀ ਹੀ ਉਹਨਾਂ ਦੇ ਖਿਲਾਫ਼ ਨਜ਼ਰ ਆ ਰਹੇ ਹਨ। ਪੱਤਰਕਾਰਾਂ ਦੁਆਰਾ ਕੀਤੇ ਗਏ ਸਵਾਲ ਦੇ ਜਵਾਬ 'ਚ ਓਪੀ ਸੋਨੀ ਨੇ ਕਿਹਾ ਕਿ ਸਿੱਧੂ ਨੇ ਜਲਦਬਾਜ਼ੀ ਕਰ ਦਿੱਤੀ ਹੈ, ਉਹਨਾਂ ਨੂੰ ਪਹਿਲਾਂ ਹੀ ਪੋਲਿਸੀ ਬਣਾ ਲੈਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਸਿੱਧੂ ਨੂੰ ਥੋੜ੍ਹੀ ਵੇਟ ਕਰਨੀ ਚਾਹੀਦੀ ਸੀ ਅਤੇ ਫਿਰ ਕਾਰਵਾਈ ਕਰਨੀ ਚਾਹੀਦੀ ਸੀ। ਵਿਧਾਇਕ ਰਿੰਕੂ ਵੱਲੋਂ ਸਰਕਾਰੀ ਕੰਮਾਂ 'ਚ ਰੁਕਾਵਟ ਕਰਨ 'ਤੇ ਸੋਨੀ ਗੱਲ ਨੂੰ ਘੁਮਾਉਂਦੇ ਨਜ਼ਰ ਆਏ। ਥੋੜ੍ਹਾ ਜਿਹਾ ਸਿੱਧੂ ਸਾਹਿਬ ਨੂੰ ਜਾਂ ਤਾਂ ਪੋਲਸੀ ਨਹੀਂ ਸੀ ਲਿਆਉਣੀ ਚਾਹੀਦੀ, ਜੇ ਪੋਲਸੀ ਲਿਆਉਂਦੀ ਤਾਂ ਥੋੜ੍ਹਾ 1 ਮਹੀਨਾ ਵੇਟ ਕਰ ਲੈਣੀ ਚਾਹੀਦੀ ਸੀ। ਸੋ ਮੇਰੇ ਕਹਿਣ ਦੀ ਇਹੋ ਹੀ ਮੰਸ਼ਾ ਹੈ ਕਿ ਮੈਂ ਸਿੱਧੂ ਸਾਹਿਬ ਦੇ ਬਿਲਕੁਲ ਨਾਲ ਹਾਂ, ਗਲਤ ਕੰਮਾਂ ਦੇ ਅਸੀਂ ਹਾਮੀ ਨਹੀਂ। ਅੱਗੋਂ ਰੋਕਣਾ ਚਾਹੀਦਾ, ਅੱਗੋਂ ਵੀ ਸਾਡਾ ਡਿਪਾਰਟਮੈਂਟ ਵੇਖੋ ਕਈ ਬਿਲਡਿੰਗਾਂ ਬਣ ਰਹੀਆਂ ਨੇ, ਕਈ ਹੁਣ ਨਕਸ਼ਿਆਂ ਤੋਂ ਬਗੈਰ ਬਣ ਰਹੀਆਂ, ਕਈ ਕਮਰਸ਼ੀਅਲ ਬਣ ਰਹੀਆਂ, ਕਈ ਰੈਜੀਡੈਂਸ਼ੀਅਲ ਬਣ ਰਹੀਆਂ, ਹਰ ਰੈਜੀਡੈਂਸ਼ੀਅਲ ਏਰੀਏ 'ਚ ਕਮਰਸ਼ੀਅਲ ਬਣ ਰਿਹਾ। ਸੋ ਅੱਗੋਂ ਜਿਹੜਾ ਹੁਣ ਕਮ ਸੇ ਕਮ ਜਦੋਂ ਦੀ ਸਾਡੀ ਸਰਕਾਰ ਬਣੀ ਆ, ਅਸੀਂ ਮਿਨਿਸਟਰ ਬਣੇ ਹਾਂ, ਸਾਰੇ ਬਣੇ ਹਾਂ, ਹੁਣ ਮੇਰੇ ਮਹਿਕਮੇ 'ਚ ਕੋਈ ਗਲਤ ਕੰਮ ਹੋਏਗਾ ਤਾਂ ਸਾਡਾ ਰੋਕਣਾ ਫਰਜ਼ ਨਹੀਂ ਬਣਦਾ। ਸਿੱਧੂ ਸਾਹਿਬ ਰੋਕਣ, ਮੈਨੂੰ ਖੁਸ਼ੀ ਆ ਉਹਨਾਂ ਨੂੰ ਰੋਕਣਾ ਚਾਹੀਦਾ, ਉਹ ਰੋਕ ਵੀ ਰਹੇ ਨੇ, ਰੋਕ ਵੀ ਰਹੇ ਨੇ, ਚੰਗਾ ਕੰਮ ਕਰ ਰਹੇ ਨੇ, ਮੈਂ ਉਹਨਾਂ ਨਾਲ ਇਸ ਗੱਲ ਤੋਂ ਡਿਨਾਈ ਨਹੀਂ ਕਰਦਾ। ਪਰ ਥੋੜ੍ਹਾ ਜਿਹਾ ਜਿਹੜਾ ਸਾਨੂੰ, ਅਸੀਂ ਲੋਕਾਂ ਦੇ ਨੁਮਾਇੰਦੇ ਹਾਂ, ਸਾਨੂੰ ਥੋੜ੍ਹੀ ਬਹੁਤੀ ਸੋਚ ਜਿਹੜੀ ਸਾਡੀ ਪੋਲੀਟੀਕਲ, ਮੈਂ ਕੋਈ ਡਿਨਾਈ ਨਹੀਂ ਕਰਦਾ, ਸਾਡੀ ਲੋਕਾਂ ਦੇ ਨੁਮਾਇੰਦਿਆਂ ਦੀ, ਇੱਕ ਮਿੰਟ ਮੈਂ ਇਹ ਵੀ ਨਹੀਂ ਕਹਿੰਦਾ। ਸੋ ਸਾਡੀ, ਅਸੀਂ ਲੋਕਾਂ ਦੇ ਨੁਮਾਇੰਦੇ ਹਾਂ, ਤੁਹਾਨੂੰ ਪਤਾ ਵੀ ਜਦੋਂ ਅਸੀਂ ਇਲੈਕਸ਼ਨ ਲੜਨੇ ਹਾਂ, ਅਸੀਂ ਲੋਕਾਂ ਨਾਲ ਕਈ ਕਿਸਮ ਦੇ ਵਾਅਦੇ ਕਰਦੇ ਹਾਂ, ਸਰਕਾਰਾਂ ਕਰਦੀਆਂ ਨਾ, ਫਿਰ ਸਾਡੀ ਸੋਚ ਵੀ ਥੋੜ੍ਹੀ ਜਿਹੀ ਪੋਲੀਟੀਕਲ ਹੁੰਦੀ ਆ, ਪੋਲੀਟੀਕਲ ਬੰਦਿਆਂ ਦੀ। ਅਸੀਂ ਇਹ ਵੀ ਵੇਖਣਾ ਕਿ ਕਿਸੇ ਗਰੀਬ ਦਾ ਨੁਕਸਾਨ ਨਾ ਹੋਵੇ। ਜਲੰਧਰ ਤੋਂ ਹਰੀਸ਼ ਹਨੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।